ਲੈ ਦੋਸਤੋ ਪਹਿਲੇ ਹੈ ਜੀ ਦੂਸਰੇ ਲੋਹ ਦੇ ਵਿੱਚ ਇਹ ਗੇਅਰ ਦੇ ਸਕਦੇ ਆ ਦੂਸਰੇ ਲੋਹ ਦੇ ਵਿੱਚ ਠੀਕ ਹੈ ਜੀ ਇੱਥੇ ਹੁਣ ਆਪਾਂ ਤੀਸਰਾ ਲੋਹ ਵੀ ਕਰਾਵਾਂਗੇ ਚੌਥਾ ਲੋਹ ਵੀ ਕਰਾਵਾਂਗੇ ਠੀਕ ਹੈ ਜੀ ਹੁਣ ਤੂੰ ਤੀਸਰਾ ਲੋਹ ਕਰ ਤੀਸਰਾ ਲਓ ਜੀ ਦੋਸਤੋ ਇਹ ਤੀਸਰਾ ਲੋਹ ਲੱਗ ਗਿਆ ਜੀ 90 ਕਟਾ ਰੋਟਾਵੇਟਰ ਔਰ ਤੀਸਰਾ ਲੋਹ ਦੇਖ ਸਕਦੇ ਆ ਜੀ ਦੋਸਤ ਠੀਕ ਹੈ ਜੀ ਹੁਣ ਇੱਥੇ ਆਪਾਂ ਚੌਥਾ ਲੋਹ ਵੀ ਕਰਵਾਵਾਂਗੇ ਠੀਕ ਹੈ ਜੀ ਤੀਸਰੇ ਦੇ ਵਿੱਚ ਇਹ ਸੂਰਤਾਲ ਦੇਖ ਸਕਦੇ ਆ ਦੋਸਤ ਤੀਸਰੇ ਲੋਹ ਦੇ ਅੰਦਰ 90 ਕਟਾ ਦਾ ਰੋਟਾਵੇਟਰ ਬਾਈ ਦੋਸਤੋ ਚੌਥਾ ਲੋਕ ਕਰਵਾਉਂਦੇ ਆ ਚੌਥਾ ਲੋਕ ਆ ਚੌਥਾ ਚੌਥਾ ਲਓ ਜੀ ਦੋਸਤੋ ਚੌਥਾ ਚੌਥਾ ਲੋ ਜੀ ਇਹ ਪਿੱਛੇ ਵੀ ਦੇਖ ਸਕਦੇ ਆ 1800 RPM ਦੇ ਉੱਤੇ ਜੀ ਉੱਤੇ ਧੂੰਆਂ ਵੀ ਦੇਖ ਸਕਦੇ ਆ ਜੀ ਔਰ ਲੀਵਰ ਵੀ ਦੋਨੋਂ ਥੱਲੇ ਕਰ ਦਿੱਤੇ ਆ ਜੀ ਦੇਖ ਸਕਦੇ ਆ ਲੀਵਰ ਵੀ ਦਿਖਾਉਂਦਾ ਮੈਂ ਦੋਸਤਾਂ ਨੂੰ ਲੀਵਰ ਥੱਲੇ ਕਰ ਦਿੱਤੇ ਇੱਕ ਮਿੰਟ ਰੁਕੀ 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 ਇੱਕ ਮਿੰਟ ਇਹ ਦੇਖ ਸਕਦੇ ਆ ਜੀ ਲੀਵਰ ਦੋਨੋਂ ਥੱਲੇ ਆ ਕਿੰਨੇ ਆ 1800 ਆ ਦੇਖ ਸਕਦੇ ਆ ਜੀ 1800 RPM ਲੀਵਰ ਥੱਲੇ ਚੌਥਾ ਇਹ ਦੇਖ ਸਕਦੇ ਹਾਂ ਜੀ ਚੌਥਾ ਲੋ ਰੈਕ ਦਾ ਉੱਪਰ ਧੂੰਆਂ ਚੱਕਾ ਦਾ ਵੀ ਚੈੱਕ ਕਰ ਸਕਦੇ ਹਾਂ ਦੋਸਤ ਲੀਵਰ ਵੀ ਥੱਲੇ 90 ਕਟਾ ਰੋਟਾਵੇਟਰ ਔਰ ਲੀਵਰ ਦੋਨੋਂ ਥੱਲੇ 1800 RPM ਔਰ ਗੇਅਰ ਕਿਹੜਾ ਜੀ ਚੌਥਾ ਲੋ ਅਗਰ ਦੋਸਤ ਕਹਿੰਦੇ ਆ ਤਾਂ ਪਹਿਲਾਂ ਹਾਈ ਵੀ ਲਵਾ ਕੇ ਦੇਖ ਲਵਾਂ ਇੱਕ ਵਾਰੀ ਪਹਿਲਾਂ ਹਾਈ ਹਾਂ ਲਓ ਜੀ ਦੋਸਤੋ ਇਹ ਲਓ ਜੀ ਆ ਪਹਿਲਾਂ ਹਾਈ ਵੀ ਲੱਗ ਗਿਆ ਜੀ ਟੈਸਟ ਨੂੰ ਕਹੋ ਜੇ ਧੂੰਆਂ ਮਾਰਦਾ ਹੋਵੇ ਜਾਂ ਕੁਛ ਕਰਦਾ ਹੋਵੇ ਠੀਕ ਹੈ ਜੀ ਇਹ ਦੇਖੋ ਜੀ ਇਹ ਦੇਖ ਲਿਆ ਜੀ ਇਹ ਕੱਢਦਾ ਜੀ ਇੰਨਾ ਧੂੰਆਂ ਪਹਿਲੇ ਹਾਈ ਦੇ ਵਿੱਚ 90 ਕਟਾ ਰੋਟਾਵੇਟਰ ਔਰ ਲੀਵਰ ਦੋਨੋਂ ਥੱਲੇ ਕਰਕੇ ਦੇਖ ਸਕਦੇ ਆ ਰੋਟਾ ਵੀ ਲੱਗ ਠੀਕ ਹੈ ਜੀ ਮੋੜ 'ਤੇ ਜਾ ਕੇ ਧੂੰਆਂ ਕੱਢਿਆ ਵਾ ਇਹ ਸਿੱਧਾ ਹੋ ਗਿਆ ਤਾਂ ਫਿਰ ਹਟ ਗਿਆ ਦੇਖ ਲਓ ਲਓ ਜੀ ਆ ਦੂਜਾ ਹਾਈ ਦੂਜਾ ਹਾਈ ਲਓ ਜੀ ਆ ਦੂਜਾ ਹਾਈ ਲੀਵਰ ਥੱਲੇ ਫੁੱਲ ਦੇਖ ਸਕਦੇ ਹਾਂ ਭੱਜਾ ਫਿਰਦਾ ਕਿ ਨਹੀਂ ਭੱਜਾ ਫਿਰਦਾ ਜੀ ਦੂਜਾ ਹਾਈ ਸੀ ਜਨਾਬ ਇਹ